ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਅਕਾਲ ਰੂਪ ਮੈਰिज ਵੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਸ਼ਾਮ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਲੜਕੀਆਂ ਔਰ ਲੜਕਿਆਂ ਦੇ ਸਪੈਸ਼ਲ ਪ੍ਰੋਫਾਈਲਸ ਔਰ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹ ਵੀ ਤੁਸੀਂ ਔਨ ਕਰ ਲਵੋ ਤਾਂ ਜੋ ਹਰ ਰੋਜ਼ ਸਾਡੇ ਕੋਲ ਨਵੇਂ-ਨਵੇਂ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫਰਸਟ ਪ੍ਰੋਫਾਈਲ ਹੈ ਰਾਮ ਗੜੀਆ ਕਾਸਟ ਦਾ ਲੜਕਾ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਜੌਬ ਕਰਦਾ ਹੈ ਵਧੀਆ ਇਹਨਾਂ ਦੀ ਸੈਲਰੀ ਹੈ ਡੇਟ ਆਫ ਬਰਥ ਹੈ 16 ਮਾਰਚ 1996 ਹਾਈਟ ਹੈ 5 ਫੁੱਟ 10 ਇੰਚ ਲਗਭਗ ਔਰ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀਕੋਮ ਐਮਬੀਏ ਫਾਦਰ ਇਹਨਾਂ ਦੇ ਫਾਰਮਰ ਨੇ ਮਦਰ ਇਹਨਾਂ ਦੇ ਜਿਹੜੇ ਉਹ ਹਾਊਸ ਵਾਈਫ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਫਿਰੋਜ਼ਪੁਰ ਏਰੀਆ ਤੋਂ ਇਹਨਾਂ ਦਾ ਫੋਨ ਨੰਬਰ ਹੈ 94 65 95 5732 9465955732 اور ਕਿਰਪਾ ਕਰਕੇ ਇਹਨਾਂ ਨੂੰ ਮੈਰिज ਬਿਊਰੋ ਵਾਲੇ ਸੰਪਰਕ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਜੱਟ ਸਿੱਖ ਕਾਸਟ ਦਾ ਲੜਕਾ ਜਿਹੜਾ ਯੂਐਸਏ ਵਿੱਚ ਵਰਕ ਪਰਮਿਟ ਤੇ ਹੈ ਡੇਟ ਆਫ ਬਰਥ ਹੈ 1992 ਦਾ ਜਨਮ 5 ਫੁੱਟ 9 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਹੈ ਜ਼ਮੀਨ ਹੈ ਇਹਨਾਂ ਦੀ 2.5 ਏਕੜ ਔਰ ਇਹਨਾਂ ਦੀ ਚੋਇਸ ਹੈ ਕਿ ਇਹਨਾਂ ਨੂੰ ਲੜਕੀ ਯੂਰਪ ਵਿੱਚ ਜਾਂ ਇੰਡੀਆ ਤੋਂ ਹੋਵੇ ਔਰ ਅਮਰਤ ਤਾਰੀ ਲੜਕੀ ਨੂੰ ਪਹਿਲਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਰਿੰਡਾ ਏਰੀਆ ਤੋਂ ਔਰ ਇਹਨਾਂ ਦੇ ਦੋ ਕੰਟੈਕਟ ਨੰਬਰ ਦਿੱਤੇ ਹੋਏ ਨੇ ਪਹਿਲਾ ਹੈ +385917372416 ਔਰ ਦੂਸਰਾ ਨੰਬਰ ਹੈ +1825968 4830 اور ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਰਵੀ ਦਾਸੀਆ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਵੈਲ ਸੈਟਲ ਹੈ 1995 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਕੋਮ ਬੀਐਡ ਫਾਦਰ ਸਰਕਾਰੀ ਜੋਬ ਤੇ ਨੇ ਰੇਲਵੇ ਵਿੱਚ ਮਦਰ ਹਾਊਸ ਵਾਈਫ ਨੇ ਔਰ ਇਹਨਾਂ ਨੂੰ ਕੈਨੇਡਾ ਜਾਂ ਯੂਐਸਏ ਵਿੱਚ ਸਿਟੀਜ਼ਨ ਜਾਂ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਮਾਲਵਾ ਏਰੀਆ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 7341131608 7341131608 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰिज ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰ ਸਕਦੇ ਹਨ ਨੈਕਸਟ ਹੈ ਜੱਟ ਸਿੱਖ ਕਾਸਟ ਦਾ ਲੜਕਾ ਜਿਹੜਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ 27 ਜਨਵਰੀ 1999 ਦਾ ਬਰਥ 5 ਫੁੱਟ 11 ਇੰਚ ਹਾਈਟ ਵਧੀਆ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਇੱਕ ਇਹਨਾਂ ਦੀ ਸਿਸਟਰ ਹੈ ਉਹ ਕੈਨੇਡਾ ਵਿੱਚ ਹੈ ਔਰ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਖੇਤੀਬਾੜੀ ਕਰਦਾ ਹੈ ਔਰ ਪੰਜਾਬ ਵਿੱਚ ਹੈ ਔਰ ਜ਼ਮੀਨ ਹੈ ਇਹਨਾਂ ਦੀ 14 ਏਕੜ ਔਰ ਇਹਨਾਂ ਦੀ ਚੋਇਸ ਹੈ ਕਿ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਤਰਨਤਾਰਨ ਏਰੀਆ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ 8699774680 88699774680 ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ ਉਮਰ ਹੈ ਇਹਨਾਂ ਦੀ 21 ਸਾਲ ਹਾਈਟ ਹੈ 5 ਫੁੱਟ 3 ਇੰਚ ਪਲੱਸ 2 ਪਾਸ ਨੇ ਔਰ ਆਇਲਟਸ ਕੀਤੀ ਹੋਈ ਹੈ ਸ਼ੇਪ ਬੈਂਡਸ ਨਹੀਂ ਇਹਨਾਂ ਦੇ ਫਾਦਰ ਸਰਕਾਰੀ ਜੋਬ ਤੇ ਨੇ ਮਦਰ ਇਹਨਾਂ ਦੀ ਹਾਊਸ ਵਾਈਫ ਨੇ ਔਰ ਇਹਨਾਂ ਦੀ ਚੋਇਸ ਹੈ ਕਿ ਇਹਨਾਂ ਨੂੰ ਐਨ ਆਰ ਆਈ ਜਾਂ ਖਰਚਾ ਕਰਨ ਵਾਲੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਤੁਸੀਂ ਸਿੱਧਾ ਹੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਦੋ ਇਹਨਾਂ ਦੇ ਫੋਨ ਨੰਬਰ ਦਿੱਤੇ ਹੋਏ ਨੇ ਸੋ ਤੁਸੀਂ ਧਿਆਨ ਨਾਲ ਦੋਨੋਂ ਨੰਬਰ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਜਾਂ ਇਹਨਾਂ ਨੂੰ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਕਸ਼ਤ ਦਾ ਲੜਕਾ ਜਿਹੜਾ ਬੈਂਕ ਦੇ ਵਿੱਚ ਸਰਕਾਰੀ ਆਫੀਸਰ ਹੈ ਔਰ ਜੌਬ ਕਰਦਾ ਹੈ ਲੁਧਿਆਣਾ ਸ਼ਹਿਰ ਵਿੱਚ 2 ਮਾਰਚ 1995 ਦਾ ਬਰਥ ਹੈ ਹਾਈਟ ਹੈ ਇਹਨਾਂ ਦੀ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀ ਤੱਕ ਵਧੀਆ ਇਹਨਾਂ ਦਾ ਘਰ ਪਰਿਵਾਰ ਹੈ ਔਰ ਇਹਨਾਂ ਦੀ ਰਹਾਇਸ਼ ਹੈ ਜਿਹੜੀ ਉਹ ਹੈ ਕਲਕੱਤਾ ਸਿਟੀ ਵਿੱਚ ਔਰ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਔਰ ਹੋਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਿੱਧਾ ਹੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 9804928087 9804928087 ਨੈਕਸਟ ਹੈ ਰਾਜਪੂਤ ਸਿੱਖ ਕਾਸਟ ਦਾ ਲੜਕਾ ਆਪਣਾ ਇਹਨਾਂ ਦਾ ਬਿਜ਼ਨਸ ਹੈ ਰੈਡੀमेड ਗਾਰਮੈਂਟਸ ਦਾ ਵਧੀਆ ਇਹਨਾਂ ਦੀ ਇਨਕਮ ਹੈ ਉਮਰ ਹੈ 48 ਸਾਲ ਉਹ ਇਹਨਾਂ ਦਾ ਤਲਾਕ ਹੋਇਆ ਹੈ ਪਲੱਸ 2 ਪਾਸ ਨੇ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਇਹਨਾਂ ਨੂੰ ਐਨ ਆਰ ਆਈ ਜਾਂ ਪੜ੍ਹੇ ਲਿਖੇ ਪਰਿਵਾਰਾਂ ਵਾਲੇ ਸੰਪਰਕ ਕਰਨ ਔਰ ਮੈਰਿਜ ਬੀਰੋ ਵਾਲੇ ਬਿਲਕੁਲ ਵੀ ਇਹਨਾਂ ਨੂੰ ਕਾਲ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰ ਸਕਦੇ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਠਾਨਕੋਟ ਸ਼ਹਿਰ ਤੋਂ ਇਹਨਾਂ ਦਾ ਫੋਨ ਨੰਬਰ ਨੋਟ ਕਰਿਓ ਜੀ 9914239135 9914239135 ਨੈਕਸਟ ਹੈ ਜੱਟ ਸਿੱਖ ਕਾਸਟ ਦਾ ਲੜਕਾ ਜਿਹੜਾ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਹੈ 21 ਫਰਵਰੀ 1999 ਦਾ ਬਰਥ 5 ਫੁੱਟ 10 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਇਹਨਾਂ ਦੀ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਜ਼ਮੀਨ ਹੈ ਇਹਨਾਂ ਦੀ 8 ਏਕੜ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਰਨਾਲਾ ਏਰੀਆ ਤੋਂ ਇਹਨਾਂ ਦਾ ਫੋਨ ਨੰਬਰ ਹੈ 9417971906 9417971906 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਔਰ ਲੜਕਿਆਂ ਦੇ ਖਾਸ ਰਿਸ਼ਤੇ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ